ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਅੱਜ ਮਿਤੀ 23 ਜੂਨ ਤੇ ਸਵੇਰ ਦੇ ਵੱਜੇ ਆ 6:15। ਇਸ ਵੇਲੇ ਮੈਂ ਜਾ ਰਿਹਾ ਚੱਕ ਮੱਲਾਂ, ਪਿੰਡ ਹੈਗਾ ਹੁਸ਼ਿਆਰਪੁਰ ਤੋਂ ਥੋੜ੍ਹਾ ਜਿਹਾ ਪਹਿਲਾਂ ਮਾਲਪੁਰ ਤੋਂ ਅੱਗੇ। ਅਤੇ ਮੇਰੀ 2 ਮਹੀਨਿਆਂ ਤੋਂ ਮੇਰੀ ਡਿਸਕ ਥੋੜ੍ਹੀ ਪ੍ਰੋਬਲਮ ਕਰ ਰਹੀ ਸੀਗੀ ਕਮਰ ਦੀ, ਅਤੇ ਉੱਥੇ ਮੈਨੂੰ ਦੱਸਿਆ ਸੀਗਾ ਕਿ ਉੱਥੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਬਾਬਾ ਜੀ ਹੈਗੇ ਆ, ਉਹ ਇਲਾਜ ਕਰਦੇ ਆ। ਅਤੇ ਹੁਣ ਮੈਂ ਚੱਲਿਆ ਉੱਥੇ। ਇਸ ਵੇਲੇ ਮੈਂ ਸੁਲੱਖੀਆ ਸਾਹਿਬ ਗੁਰਦੁਆਰਾ ਦੇ ਨੇੜੇ ਹੀ ਹੈਗਾ ਆ, ਤਕਰੀਬਨ ਇੱਥੋਂ 10 ਕੁ ਕਿਲੋਮੀਟਰ ਆਉਣਾ ਆ ਰੋਪੜ। ਐਤਵਾਰ ਦੇ ਐਤਵਾਰ ਦੇਖਦੇ ਆ ਉੱਥੇ ਬਾਬਾ ਜੀ, ਕਾਫੀ ਸ਼ਫਾ ਆ ਉਹਨਾਂ ਦੇ ਹੱਥ 'ਚ। ਜਾ 6:15 ਆ ਅਤੇ ਮੈਂ ਸ਼ਾਇਦ 8 ਵਜੇ ਤੱਕ ਉੱਥੇ ਪਹੁੰਚ ਜਾਊਂਗਾ। ਹੋ ਰਿਹਾ ਸਫ਼ਰ ਨਾਲ ਪੰਜਾਬ ਦਾ, ਅੱਜ ਇਕੱਲੇ ਹੀ ਮੈਂ ਚੱਲ ਪਿਆ। ਮੈਂ ਕਿਹਾ ਇਕੱਲੇ ਵੀ ਜਾਣਾ ਚਾਹੀਦਾ। ਬਲਾਚੌਰ ਤੋਂ 3 ਕਿਲੋਮੀਟਰ ਪਹਿਲਾਂ ਮੈਂ ਇੱਥੇ ਹੁਣ ਸੜਕ 'ਤੇ ਰੁਕੀ ਆ ਗੱਡੀ, ਨਾਲ ਨਾਸ਼ਤਾ ਲਿਆਉਂਦਾ ਸੀਗਾ, ਨਾਸ਼ਤਾ ਕਰਕੇ ਜਾਂ ਥੋੜ੍ਹੀ ਚਾਹ ਪੀ ਕੇ ਫਿਰ ਚੱਲਦੇ ਹਾਂ ਚੱਕ ਮੱਲਾਂ ਕੋਲ ਪਹੁੰਚਦੇ ਹਾਂ। ਲਓ ਜੀ, ਸਮਾਂ ਹੋ ਗਿਆ 8:30 ਦਾ ਅਤੇ ਆਪਾਂ ਲਗਭਗ ਪਹੁੰਚਣ ਵਾਲੇ ਹਾਂ। 4-5 ਕਿਲੋਮੀਟਰ ਦਾ ਸਫ਼ਰ ਰਹਿ ਗਿਆ। ਬਹੁਤ ਸੋਹਣਾ ਨਜ਼ਾਰਾ ਜੀ ਪਿੰਡਾਂ ਦਾ, 1 ਕਿਲੋਮੀਟਰ ਦੱਸ ਰਿਹਾ ਗੂਗਲ। ਠੀਕ ਹੀ ਰਸਤੇ ਤੇ ਹੈਗੇ ਆ, ਇੱਧਰ ਹੀ ਅੱਗੇ ਗੁਰਦੁਆਰਾ ਸਾਹਿਬ ਹੈਗਾ। ਬਹੁਤ ਸੋਹਣਾ ਪੰਜਾਬ ਹੈ ਆਪਣਾ ਮਿੱਤਰੋ, ਪੰਜਾਬ ਨੂੰ ਛੱਡ ਕੇ ਹੋਰ ਕਿਤੇ ਪਾਸੇ ਜਾਣਾ ਬਹੁਤ ਮੂਰਖਤਾ ਵਾਲੀ ਗੱਲ ਹੈ। ਦੇਖੋ ਲਹਿ ਲਹਾਂਦੀਆਂ ਫਸਲਾਂ ਜੀ, ਸਾਰਾ ਕੈਨੇਡਾ ਤੁਸੀਂ ਭਰਤਾ ਆ ਪੰਜਾਬ ਛੱਡ ਕੇ। ਇੱਥੇ ਕਾਰੋਬਾਰ ਬਥੇਰੇ ਹੈ ਜੇ ਕੋਈ ਕਰਨਾ ਚਾਹੇ। ਬਿਹਾਰ ਯੂਪੀ ਵਾਲੇ ਇੱਥੇ ਆ ਕੇ ਸੈਟਲ ਹੋਈ ਜਾਂਦੇ ਆ ਅਤੇ ਆਪਣੇ ਬੰਦੇ ਛੱਡ ਕੇ ਅਤੇ ਬਾਹਰ ਨੂੰ ਤੁਰੇ ਹੋਏ ਆ। ਇਹ ਹੈ ਜੀ ਗੁਰਦੁਆਰਾ ਸਾਹਿਬ। ਯੂਰ ਡੈਸਟੀਨੇਸ਼ਨ ਇਜ਼ ਔਨ ਦ ਰਾਈਟ।
ਤਪ ਸਥਾਨ ਸੰਤ ਬਾਬਾ ਕਾਬਲ ਸਿੰਘ ਜੀ, ਇੱਥੇ ਗੱਡੀ ਲਾਉਣੀ ਹੈ ਕਿਤੇ। ਦੇ ਪਵਿੱਤ ਸੇ ਪਵਿੱਤ ਜਿੰਨੀ ਮਨ ਵਸਾਇਆ, ਭਏ ਨਾਨਕ ਸੇ ਪਵਿੱਤ ਜਿੰਨੀ ਗੁਰਮੁਖ। ਹਾਂਜੀ, ਮੈਂ ਦਵਾਈ ਲਈ ਹੈ ਇੱਥੋਂ। ਇੱਥੇ ਤੁਸੀਂ ਆਉਂਦੇ ਹੋ 10 ਵਜੇ ਤੋਂ ਪਹਿਲਾਂ ਤਾਂ ਇਹ ਟੋਕਨ ਦਿੰਦੇ ਆ। 27ਵਾਂ ਨੰਬਰ ਸੀਗਾ ਮੇਰਾ, ਅਤੇ ਡਿਸਕ ਮੇਰੀ ਹਿੱਲੀ ਸੀਗੀ ਔਰ ਦੋ ਬਜ਼ੁਰਗਾਂ ਨੇ ਪੁੱਠਾ ਲਟਾ ਕੇ ਅਤੇ ਮੇਰਾ ਇਹ ਜਿਹਾ ਮਣਕਾ ਉਹ ਸਿੱਧਾ ਕੀਤਾ। ਕਾਫੀ ਫਰਕ ਮੈਨੂੰ, ਮਤਲਬ ਇੱਕਦਮ ਤਾਂ ਹੁਣ ਪੂਰਾ ਹੀ ਆਰਾਮ ਮਹਿਸੂਸ ਹੋ ਰਿਹਾ। ਮੈਂ ਇਸੇ ਕਰਕੇ ਆ ਵੀਡੀਓ ਬਣਾਈ ਹੈ, ਨਾਲ ਦੀ ਨਾਲ ਵੀ ਕਿਤੇ ਭੁੱਲ ਨਾ ਜਾਵਾਂ। ਮੈਂ ਦਵਾਈ ਦਿੱਤੀ ਆ ਖਾਣ ਨੂੰ, ਅਤੇ ਵੈਸੇ ਕਹਿੰਦੇ ਜ਼ਰੂਰਤ ਨਹੀਂ ਹੈਗੀ ਹੈ ਤੁਹਾਨੂੰ ਦੁਬਾਰਾ ਆਉਣ ਦੀ, ਜੇ ਆਉਣਾ ਹੋਇਆ ਤਾਂ ਇੱਕ ਐਤਵਾਰ ਛੱਡ ਕੇ ਆ ਜਾਓ। ਹੁਣ ਚੱਲਦੇ ਹਾਂ ਇੱਥੋਂ ਵਾਪਸ। ਬਹੁਤ ਇੱਥੇ ਸ਼ਫਾ ਹੈਗੀ ਹੈ ਬਾਬਾ ਜੀ ਦੇ ਹੱਥ 'ਚ, ਬੜੀ ਕਾਫੀ ਇੱਥੇ ਠੀਕ ਹੁੰਦੇ ਹੈਗੇ ਆ। ਕੈਂਸਰ ਦੀ ਵੀ ਦਵਾਈ ਮਿਲਦੀ ਆ ਅਤੇ ਪੱਥਰੀ ਦੀ ਵੀ, ਹੋਰ ਵੀ ਬਿਮਾਰੀਆਂ ਦੇ ਲੋਕ ਆਉਂਦੇ ਆ। ਇਹ ਤਪ ਸਥਾਨ ਹੈਗਾ ਸੰਤ ਬਾਬਾ ਕਾਬਲ ਸਿੰਘ ਜੀ ਦਾ। ਚਲਦੇ ਹਾਂ ਜੀ ਹੁਣ ਇੱਥੋਂ, ਪਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ। ਹਰ ਐਤਵਾਰ ਨੂੰ ਇੱਥੇ ਸੁਖਮਨੀ ਸਾਹਿਬ ਦਾ ਗੁਰਦੁਆਰਾ ਸਾਹਿਬ 'ਚ ਪਾਠ ਹੁੰਦਾ ਆ, ਅਤੇ ਫਿਰ ਉਪਰੰਤ 10:15 ਲੰਗਰ ਵਰਤਾ ਕੇ ਅਤੇ ਫਿਰ ਆ ਜਿੱਥੇ ਬੀਬੀਆਂ ਖੜੀਆਂ ਇੱਧਰ ਕਮਰੇ ਦੇ ਵਿੱਚ ਬਾਬਾ ਜੀ ਦੇਖਦੇ ਆ ਔਰ ਦੇਸੀ ਦਵਾਈਆਂ ਦਿੰਦੇ ਆ। ਅਤੇ ਜਿਨ੍ਹਾਂ ਨੂੰ ਵੀ ਹੋਵੇ ਕੋਈ ਪ੍ਰੋਬਲਮ, ਉਹ ਆ ਕੇ ਇੱਥੇ ਦਿਖਾ ਸਕਦੇ ਹੈਗੇ ਆ। ਲਓ ਜੀ, ਡਿਸਕ ਠੀਕ ਕਰਵਾ ਲਈ ਹੈ ਕਮਰ ਦੀ, ਕਾਫੀ ਮੈਂ ਠੀਕ ਮਹਿਸੂਸ ਕਰ ਰਿਹਾ ਸੀਗਾ ਹੁਣ। ਅਤੇ ਇੱਥੇ ਨਾਲ ਹੈਗਾ ਪਿੰਡ ਜੇਜੋਂ, ਕਾਫੀ ਮਸ਼ਹੂਰ ਪਿੰਡ ਹੈਗਾ ਪੰਜਾਬ ਦਾ। ਉੱਥੇ ਦੀਆਂ ਹਵੇਲੀਆਂ ਸੁਣੀਆਂ ਦੇਖਣ ਵਾਲੀਆਂ, ਔਰ ਇੱਕ ਉੱਥੇ ਦੇ ਖੋਏ ਦੇ ਪੇੜੇ ਮਸ਼ਹੂਰ ਹੈਗੇ ਆ, ਤਾਂ ਮੈਂ ਕਿਹਾ ਚਲੋ ਨੇੜੇ ਹੈਗੇ ਆ ਤਾਂ ਜਾਣੇ ਆ ਉੱਥੇ। ਆ ਪਿੰਡ ਸੀਗਾ ਸ਼ੇਰਪੁਰ, ਇੱਧਰੋਂ ਵੀ ਸਿੱਧਾ ਰਸਤਾ ਹੈਗਾ ਆ ਜੇਜੋਂ ਦਾ। ਇੱਧਰੋਂ ਹੁਣ ਆਪਾਂ ਜਾਂਦੇ ਹਾਂ ਜੇਜੋਂ, ਅਤੇ ਦੇਖਦੇ ਹਾਂ ਉੱਧਰ ਦਾ ਕੀ ਮਾਹੌਲ ਹੈਗਾ ਆ। ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਅੰਬ ਹੀ ਅੰਬ ਤੁਹਾਨੂੰ ਲੱਗੇ ਮਿਲਣਗੇ, ਕਾਫੀ ਦਰਖਤ ਇੱਥੇ ਹੈਗੇ ਅੰਬਾਂ ਦੇ।
ਗਿਆ ਪੂਰੇ, ਇਹਨਾਂ ਨੂੰ ਰਾਹ ਦੇਣਾ ਪੈਣਾ। ਪਿੱਛੇ ਛਬੀਲ ਲਾਈ ਹੋਈ ਸੀਗੀ ਬਹੁਤ ਸੋਹਣੀ, ਅਤੇ ਇੱਥੇ ਆ ਪੱਠੇ ਥੱਲੇ ਜੀਆਂ ਪਾ ਕੇ ਸੁੱਤੇ ਆ। ਔਰ ਇਹ ਅਸਲੀ ਪੰਜਾਬ ਜੀ। ਅਸੀਂ ਉੱਪਰ ਆ ਗਏ ਹਾਂ ਗੱਡੀ ਪਾਰਕ ਕਰਕੇ, ਅਤੇ ਆਹ ਪਹਿਲੀ ਹਵੇਲੀ ਇੱਥੇ ਟੱਕਰੀ ਆ ਸਾਨੂੰ ਜੇਜੋਂ ਦੀ। ਇਹਦੇ ਦਰਵਾਜ਼ਿਆਂ ਦੇ ਉੱਤੇ ਇਹਦੇ ਨੀਲੇ ਰੰਗ ਹਲੀ ਵੀ ਆਪਣੀ ਛਾਪ ਨੂੰ ਬਰਕਰਾਰ ਰੱਖੇ ਹੋਏ ਹੈਗੇ ਆ। ਇਹਦੀ ਕਲਾਕਾਰੀ ਦੀਆਂ ਜਿਹੜੀਆਂ ਮਨਾਰਿਆਂ ਦੇ ਉੱਤੇ ਹਲੀ ਵੀ ਤੁਸੀਂ ਦੇਖ ਸਕਦੇ ਹੋ। ਪੰਜਾਬ ਦਾ ਇਹ ਆਖਰੀ ਪਿੰਡ ਹੈਗਾ ਜਿਹੜਾ ਹਿਮਾਚਲ ਦੇ ਬਾਰਡਰ 'ਤੇ ਹੈਗਾ, ਜੇਜੋਂ ਦੁਆਬਾ। ਅਤੇ ਇੱਕ ਇਹ ਵੀ ਹਵੇਲੀ ਦਾ ਕੁਛ ਹਿੱਸਾ ਹਾਲੀ ਵੀ ਆਪਣੀ ਬਾਦਸ਼ਾਹਤ ਨੂੰ ਦਰਸਾ ਰਿਹਾ। ਬਾਕੀ ਢਹਿ ਢੇਰੀ ਹੋ ਚੁੱਕਿਆ, ਪਰ ਉੱਪਰਲੇ ਖਿੜਕੀਆਂ ਕੁਛ ਲੱਗੇ ਹੋਏ, ਦੋ ਤਿੰਨ ਸ਼ੀਸ਼ੇ। ਅਮੀਰ ਵਿਰਾਸਤ ਨੂੰ ਦਰਸਾ ਰਹੇ ਆ। ਇਹ ਵਿੱਚ ਵਿੱਚ ਕਈ ਘਰ ਤੁਹਾਨੂੰ ਦਿਖ ਜਾਂਦੇ ਆ ਪੁਰਾਣੇ। ਮੈਂ ਇੱਕ ਦੁਕਾਨ ਵਾਲੇ ਨੂੰ ਪੁੱਛਿਆ, ਮੈਂ ਕਿਹਾ ਜਿਹੜੀ ਅਸਲੀ ਇੱਥੇ ਪੇੜਿਆਂ ਵਾਲੀ ਦੁਕਾਨ ਕਿੱਥੇ ਹੈਗੀ ਆ?
ਤੇ ਉਹਨੇ ਰਾਹ ਦੱਸਿਆ ਕਿ ਇਸੇ ਗਲੀ 'ਚ ਸਿੱਧੇ ਜਾ ਕੇ ਅਤੇ ਅੱਗੇ ਸਿਰੇ 'ਤੇ ਹੈਗੀ ਹੈ ਦੁਕਾਨ, ਚੱਲ ਕੇ ਦੇਖਦੇ ਹਾਂ ਅਤੇ ਕਰਦੇ ਹਾਂ ਟੇਸਟ। ਉਸ ਗਲੀ 'ਚ ਮੈਂ ਆਇਆ ਉੱਤੋਂ, ਆਹ ਦੇਖੋ ਇਹ ਵੀ ਕੁਛ ਪੁਰਾਣੀ ਹਵੇਲੀਆਂ ਦੇ ਬਚੇ ਹੋਏ ਖੰਡਰਾਤ, ਅਤੇ ਆਹ ਸ਼ਾਇਦ ਦੁਕਾਨ ਹੈਗੀ ਆ, ਇਹ ਦੁਕਾਨ ਹੈਗੀ ਸ਼ਾਇਦ ਪੇੜਿਆਂ ਦੀ, ਖੁੱਟਾਂ ਦੀ ਛੁੱਟੀ ਇਹਨਾਂ ਦੀ ਚੱਲ ਰਹੇ ਆ, ਖੋਆ ਬਣ ਰਹੇ ਆ। ਸਤਿ ਸ਼੍ਰੀ ਅਕਾਲ ਜੀ। ਅੱਛਾ, ਆਪਣੀ ਮਸ਼ਹੂਰ ਦੁਕਾਨ ਹੈਗੀ ਜਿਹੜੀ ਪੇੜਿਆਂ ਦੀ ਜੀ, ਛੁੱਟਾਂ ਦੀ। ਓਕੇ ਜੀ, ਇਹ ਤੁਹਾਡਾ ਮਤਲਬ ਨਾਮ ਕਿਉਂ ਹੈਗਾ ਜਾਂ ਖੁੱਟਾਂ ਦੀ ਕੋਈ? ਅੱਛਾ ਜੀ, ਅੱਛਾ ਜੀ, ਠੀਕ ਠੀਕ। ਅਤੇ ਇੱਥੇ ਦੁੱਧ ਵਾਧੂ ਮਤਲਬ ਆਉਂਦਾ ਹਿਮਾਚਲ ਤੋਂ ਆਉਂਦਾ? ਓਕੇ ਓਕੇ ਓਕੇ, ਹਾਂਜੀ ਹਾਂਜੀ, ਠੀਕ ਹੈ। ਓਕੇ ਠੀਕ, ਅਤੇ ਲੈ ਲੈਂਦੇ ਹਾਂ। ਅਤੇ ਕੀ ਰੇਟ ਹੈਗਾ? 500 ਰੁਪਏ ਕਿਲੋ। ਓਕੇ, ਚਲੋ ਕਰਦੇ ਹਾਂ ਟਰਾਈ ਜੀ। ਲੋ ਜੀ, ਇੱਥੇ ਹਰ ਵੇਲੇ ਤਿਆਰ ਹੀ ਹੋ ਰਹੇ ਹੁੰਦੇ ਆ, ਹੁਣ ਵੀ ਤਿਆਰ ਹੋ ਰਹੇ ਸੀਗੇ। ਅੱਛਾ, ਡੱਬਿਆਂ ਦਾ ਨੰਬਰ ਹੈਗਾ? ਹਾਂਜੀ ਹਾਂਜੀ। ਲਓ ਜੀ, ਪੇੜੇ ਲੈ ਲਏ ਆ ਮੈਂ 1 ਕਿਲੋ, ਬਹੁਤ ਸਵਾਦ ਹੈਗੇ ਆ ਵਾਕਈ, ਮਿੱਠਾ ਵੀ ਘੱਟ ਹੈ ਔਰ ਬਿਲਕੁਲ ਪਿਓਰ ਦੁੱਧ ਦੇ ਬਣਾਉਂਦੇ ਆ ਇਹ, ਔਰ ਤਾਜ਼ਾ ਖੋਆ ਬਣ ਰਿਹਾ ਤੁਹਾਡੇ ਸਾਹਮਣੇ। ਅਤੇ ਇਹ ਦੁਕਾਨ ਹੈਗੀ ਆ, ਕਦੀ ਵੀ ਜੇਜੋਂ ਆਓ ਤਾਂ ਜ਼ਰੂਰ ਇਹਨਾਂ ਦੇ ਪੇੜਿਆਂ ਦਾ ਟੇਸਟ ਕਰੋ। ਅਤੇ ਹੁਣ ਚੱਲਦੇ ਹਾਂ ਜੇਜੋਂ ਨੂੰ ਥੋੜ੍ਹਾ ਜਿਹਾ ਹੋਰ ਦੇਖਦੇ ਹੋਏ। ਓਕੇ ਜੀ, ਜੇਜੋਂ ਦੁਆਬਾ ਬਹੁਤ ਸੋਹਣਾ ਪਿੰਡ ਲੱਗਿਆ। ਇੱਧਰ ਇੱਕ ਹਵੇਲੀ ਦੱਸੀ ਇਹਨਾਂ ਨੇ ਸ਼ਿਮਲੇ ਵਾਲਿਆਂ ਦੀ, ਜਿਹੜੀ ਬੰਦ ਪਈ ਆ, ਬੰਦੇ ਆ ਬਾਹਰ ਰਹਿੰਦੇ ਆ। ਆਹ ਦੇਖੋ ਡਿਜ਼ਾਇਨ ਸਾਰਿਆਂ ਦੇ ਹੀ ਤਕਰੀਬਨ ਦਰਵਾਜ਼ਿਆਂ ਦੇ ਉੱਪਰ ਉੱਦਾਂ ਦੇ ਹੀ ਹੈਗੇ ਆ। ਇਹਦੇ ਬਾਹਰ ਹੀ ਸ਼ਾਇਦ ਹਿਮਾਚਲ ਸ਼ੁਰੂ ਹੋ ਜਾਂਦਾ ਆ, ਪੰਜਾਬ ਦਾ ਇਹ ਹੁਸ਼ਿਆਰਪੁਰ ਜ਼ਿਲ੍ਹੇ ਦਾ ਮਾਲਪੁਰ ਬਲਾਕ ਦਾ ਇਹ ਪਿੰਡ ਹੈਗਾ ਜੇਜੋਂ ਦੁਆਬਾ, ਅਤੇ ਅੱਗੇ ਹਿਮਾਚਲ ਸ਼ੁਰੂ ਹੋ ਜਾਂਦਾ। ਇਸੇ ਪਿੰਡ ਜੇਜੋਂ ਇੱਥੇ ਹਾਲੇ ਵੀ ਪੁਰਾਣੀਆਂ ਹਵੇਲੀਆਂ ਦੀਆਂ ਟੁੱਟੀਆਂ ਫੁੱਟੀਆਂ ਦੀਵਾਰਾਂ ਖੜੀਆਂ, ਜਿਹੜੀਆਂ ਦੱਸ ਰਹੀਆਂ ਕਿ ਕਿਸੇ ਵੇਲੇ ਬਹੁਤ ਸ਼ਾਹਕਾਰ ਲੋਕ ਇੱਥੇ ਰਹਿੰਦੇ ਸੀਗੇ ਔਰ ਸ਼ਾਨੋ ਸ਼ੌਕਤ ਨਾਲ ਇਹ ਵਪਾਰ ਦੀ ਇੱਕ ਬਹੁਤ ਵੱਡੀ ਮੰਡੀ ਸੀ ਪਹਿਲਾਂ,
ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਇਹ ਲੋਕ ਇੱਥੋਂ ਛੱਡ ਕੇ ਚਲੇ ਗਏ। ਹੁਣ ਹੈਗੇ ਆ ਦੂਸਰੇ ਹੋਰ ਲੋਕ, ਪਰ ਘੱਟ ਹੈ ਆਬਾਦੀ ਅਤੇ ਪੁਰਾਣੇ ਘਰ ਟੁੱਟੇ ਫੁੱਟੇ ਖੜ੍ਹੇ ਆ ਉੱਦਾਂ। ਕਈਆਂ ਦੇ ਮਾਲਕ ਹੋਰ ਪਾਸੇ ਚਲੇ ਗਏ ਆ ਤਾਲੇ ਲਾ ਕੇ। ਖੂਹ ਸੁੱਕ ਚੁੱਕਾ ਆ, ਸਾਹਮਣੇ ਛੋਟੇ ਚਬੂਤਰੇ ਬਣੇ ਹੋਏ ਆ ਪਾਣੀ ਵਾਸਤੇ, ਕਿਸੇ ਪਸ਼ੂਆਂ ਨੂੰ ਪਾਣੀ ਪਿਲਾਉਣਾ ਹੁੰਦਾ। ਇੱਥੇ ਆ ਕੇ ਤੁਹਾਨੂੰ ਪੂਰੇ ਪੁਰਾਣੇ ਪੰਜਾਬ ਦੀ ਇੱਕ ਝਲਕ ਮਿਲਦੀ ਆ। ਪੁਰਾਣੇ ਖੰਡਰਾਤਾਂ ਤੋਂ ਵੀ ਪਤਾ ਲੱਗ ਜਾਂਦਾ ਕਿ ਸਾਡਾ ਵਿਰਸਾ ਕਿੱਦਾਂ ਦਾ ਸੀਗਾ। ਇਹ ਗੱਲ ਨਹੀਂ ਹੈਗੀ ਕਿ ਪੰਜਾਬ ਦੇ ਹੋਰ ਪਿੰਡਾਂ 'ਚ ਇਹ ਵਿਰਾਸਤ ਨਹੀਂ ਹੈਗੀ ਹੈ, ਪਰ ਇੱਥੇ ਕੁਛ ਜ਼ਿਆਦਾ ਹੀ ਪੁਰਾਣੀਆਂ ਹਵੇਲੀਆਂ ਬਹੁ ਗਿਣਤੀ 'ਚ ਹੈਗੀਆਂ ਸੀ। ਇਹ ਹੁਣ ਨਵੇਂ ਘਰ ਪੈ ਗਏ ਆ, ਪਰ ਵਿੱਚ ਉਹ ਪੁਰਾਣੀਆਂ ਹਵੇਲੀਆਂ ਦੇ ਖੰਡਰ ਵੀ ਖੜ੍ਹੇ ਆ। ਚਲੋ ਜੀ, ਜੇ ਚੋਂ ਪਿੰਡ ਵੀ ਦੇਖ ਲਿਆ ਅਤੇ ਪੇੜੇ ਵੀ, ਅਤੇ ਹੁਣ ਚੱਲਦੇ ਹਾਂ ਘਰ ਨੂੰ। ਲਓ ਜੀ, ਆਪਾਂ ਨੇ ਹੁਣ ਚਾਲੇ ਪਾ ਦਿੱਤੇ ਆ ਜੇਜੋਂ ਤੋਂ ਗੜਸ਼ੰਕਰ ਨੂੰ। ਇੱਥੋਂ 16 ਕਿਲੋਮੀਟਰ ਹੈਗਾ ਜੇਜੋਂ ਤੋਂ ਗੜਸ਼ੰਕਰ, ਇਹ ਸ਼ੋਰਟੈਸਟ ਰੂਟ ਹੈਗਾ ਆ ਡੇਰਾ ਬੱਸੀ ਵੱਲੋਂ। ਰੋਡ ਵੀ ਅੱਛੀ ਹੈਗੀ ਹੈ ਇਹ, ਵਾਇਆ ਮਾਲਪੁਰ ਮੈਂ ਜਾਂਦਾ ਤਾਂ ਗੜਸ਼ੰਕਰ ਤੱਕ 33 ਕਿਲੋਮੀਟਰ ਲੱਗਣੇ ਸੀਗੇ, ਇੱਧਰੋਂ 16 ਕਿਲੋਮੀਟਰ ਦਾ ਸਫ਼ਰ ਸੀ। ਲਾਲੀਆਂ ਦੀ ਚਹਿਚਹਾਟ ਨੇ ਨਾ ਮੈਨੂੰ ਰੋਕ ਲਿਆ ਇੱਥੇ, ਬਹੁਤ ਵੱਡਾ ਇੱਥੇ ਇਹ ਬੋੜ ਦਾ ਦਰਖਤ, ਗਹਿਰੀ ਛਾਂ, ਥੱਲੇ ਇੱਥੇ ਪੰਛੀਆਂ ਵਾਸਤੇ ਪਾਣੀ ਦੇ ਬਰਤਨ ਰੱਖੇ ਹੋਏ ਆ। ਕਾਫੀ ਅੱਛਾ ਮਾਹੌਲ ਹੈਗਾ।